Hello to all my dear students. How are you all? I wish you all are fit and fine. Sare bahut badhiya tarike naal apne ghar baithe apna homework kar rahe honge. At the same time, main eh bhi ummeed rakhna ki jo worksheets tuhanu bheje ja rahi han oh vi tusi notebooks de upar changi tarike naal note karke yaad kar rahe honge. Because sanu pata hai ki NAS da jo ਟੈਸਟ ਹੈ ਉਹ ਨਵੰਬਰ ਮੰਥ ਵਿੱਚ ਹੋਣਾ ਹੈ ਔਰ ਅਸੀਂ ਆਪਣੇ ਪੰਜਾਬ ਦੀ ਜੋ ਰੈਂਕ ਨੰਬਰ 1 ਦੀ ਜੋ ਸਾਡੀ ਪੋਜੀਸ਼ਨ ਹੈ ਉਸ ਨੂੰ ਬਰਕਰਾਰ ਰੱਖਣਾ ਹੈ ਰਾਈਟ ਸੋ ਅੱਜ ਦੀ ਪਿਆਰੇ ਬੱਚੋਂ ਜੋ ਵਰਕਸ਼ੀਟ ਹੈ ਉਹ ਕਲਾਸ 6 ਨਾਲ ਸੰਬੰਧਿਤ ਹੈ ਔਰ ਸਾਇੰਸ ਵਿਸ਼ੇ ਨਾਲ ਸਾਡੇ ਕੋਲ ਪ੍ਰੈਕਟਿਸ ਸ਼ੀਟ ਨੰਬਰ 4 ਹੈ ਔਰ ਉਮੀਦ ਕਰਦਾ ਕਿ ਪ੍ਰੈਕਟਿਸ ਸ਼ੀਟ ਨੰਬਰ 3 ਤੱਕ ਤੁਸੀਂ ਚੰਗੇ ਤਰੀਕੇ ਨਾਲ ਕਰ ਲਈਆਂ ਹੋਣਗੀਆਂ ਅਤੇ ਸ਼ੁਰੂ ਕਰਦੇ ਹਾਂ ਸਾਡੇ ਕੋਲ ਜੋ ਪ੍ਰੈਕਟਿਸ ਸ਼ੀਟ 4 ਹੈ ਉਹਦਾ ਪਹਿਲਾ ਪ੍ਰਸ਼ਨ ਇਹ ਹੈ ਕਿ ਵੱਡੀ ਆਂਦਰ ਭੋਜਨ ਵਿੱਚੋਂ ਕੀ ਸੋਖਦੀ ਹੈ ਪਰ ਵਿੱਚੋਂ ਜਦੋਂ ਨਾ ਭੋਜਨ ਮੂੰਹ ਰਾਹੀਂ ਐਸੋਫੇਗਸ ਰਾਹੀਂ ਠੀਕ ਹੈ ਉਸ ਤੋਂ ਬਾਅਦ ਆਪਣਾ ਸਮਾਲ ਇੰਟੈਸਟਾਈਨ ਰਾਹੀਂ ਅੱਗੇ ਤੋਂ ਲਾਰਜ ਇੰਟੈਸਟਾਈਨ ਚਲੇ ਜਾਂਦਾ ਹੈ ਫਿਰ ਉੱਥੇ ਕੀ ਹੈਗਾ ਅਨਡਾਈਜਸਟਿਡ ਫੂਡ ਹੁੰਦਾ ਆ ਜੋ ਡਾਈਜਸਟ ਨਹੀਂ ਹੋਇਆ ਹੁੰਦਾ ਹੈਗਾ ਆ ਰਾਈਟ ਤਾਂ ਉਹਦੇ ਵਿੱਚੋਂ ਉਸਨੇ ਕੀ ਕਰਨਾ ਹੈ ਜੋ ਵੱਡੀ ਆਂਦਰ ਹੈ ਉਸਨੇ ਕੀ ਕਰਨਾ ਹੈ ਉਸਨੇ ਉਸ 'ਚੋਂ ਪਾਣੀ ਅਤੇ ਇਲੈਕਟ੍ਰੋਲਾਈਟ ਸੋਖ ਲੈਣਾ ਹੈ ਜਿਹਦੇ ਨਾਲ ਕਿ ਉਹ ਅਨਡਾਈਜਸਟਿਡ ਫੂਡ ਸੋਲਿਡ ਫੋਰਮ ਵਿੱਚ ਆ ਜਾਂਦਾ ਹੈ ਠੋਸ ਬਣ ਜਾਂਦਾ ਆ ਰਾਈਟ ਠੋਸ ਮਲ ਬਣ ਕੇ ਫਿਰ ਉਹ ਬਾਹਰ ਕੱਢ ਦਿੱਤਾ ਜਾਂਦਾ ਹੈ ਐਨਸ ਰਾਹੀਂ ਰਾਈਟ ਸੋ ਸਹੀ ਉੱਤਰ ਹੋਏਗਾ ਵੱਡੀ ਆਂਦਰ ਭੋਜਨ ਵਿੱਚੋਂ ਕੀ ਸੋਖਦੀ ਹੈ ਉਹ ਸੋਖਦੀ ਹੈ ਪਾਣੀ ਸੋ ਅਸੀਂ ਟਿਕ ਲਵਾਂਗੇ ਪਾਣੀ ਦੇ ਉੱਪਰ ਨੈਕਸਟ ਕੁਸ਼ਚਨ ਹੈ ਮੈਦੇ ਵਿੱਚ ਕਿਹੜਾ ਤੇਜ਼ਾਬ ਪਾਇਆ ਜਾਂਦਾ ਹੈ ਪਰ ਵਿੱਚੋਂ ਮੈਦਾ ਯਾਨੀ ਸਟੋਮਿਕ ਜੋ ਅਸੀਂ ਖਾਣਾ ਖਾਂਦੇ ਹਾਂ ਖਾਣਾ ਖਾ ਕੇ ਸਟੋਰ ਕਿੱਥੇ ਹੁੰਦਾ ਹੈ ਉਹ ਸਟੋਮਿਕ ਦੇ ਵਿੱਚ ਆ ਕੇ ਸਟੋਰ ਹੁੰਦਾ ਆ ਮੈਦੇ ਵਿੱਚ ਸਟੋਰ ਹੁੰਦਾ ਹੈਗਾ ਆ ਰਾਈਟ ਸੋ ਮੈਦੇ ਵਿੱਚ ਹਾਈਡਰੋਕਲੋਰਿਕ ਐਸਿਡ ਹੁੰਦਾ ਹੈ ਜੋ ਫੂਡ ਨੂੰ ਨਾ ਸਿੰਪਲਰ ਪਾਰਟਸ ਦੇ ਵਿੱਚ ਬ੍ਰੇਕਅਪ ਕਰਦਾ ਮਤਲਬ ਛੋਟੇ ਛੋਟੇ ਭਾਗਾਂ ਦੇ ਵਿੱਚ ਤੋੜ ਦਿੰਦਾ ਹੈਗਾ ਆ ਤਾਂ ਕਿ ਉਹ ਅੱਛੀ ਤਰੀਕੇ ਨਾਲ ਹਜ਼ਮ ਹੋ ਸਕੇ ਛੇਤੀ ਹਜ਼ਮ ਹੋ ਸਕੇ ਐਟ ਦਾ ਸੇਮ ਟਾਈਮ ਜੋ ਹਾਈਡਰੋਕਲੋਰਿਕ ਐਸਿਡ ਹੈ ਜਿਹਦਾ ਆਪਾਂ ਸੂਤਰ ਕਹੀਏ HCl ਹੁੰਦਾ ਹੈ ਉਹਦਾ ਹੋਰ ਕੰਮ ਕੀ ਹੈ ਕਿ ਜੋ ਬਾਈ ਦਾ ਵੇ ਅਸੀਂ ਜੋ ਫੂਡ ਖਾ ਰਹੇ ਹਾਂ ਬੈਕਟੀਰੀਆ ਸਾਡੇ ਨਾਲ ਫੂਡ ਦੇ ਨਾਲ ਅੰਦਰ ਚਲੇ ਗਿਆ ਹੈਗਾ ਆ ਅਤੇ ਉਸ ਨੂੰ ਵੀ ਇਨਐਕਟੀਵੇਟ ਕਰ ਦਿੰਦਾ ਆ ਉਸ ਨੂੰ ਵੀ ਮਾਰ ਦਿੰਦਾ ਹੈਗਾ ਆ ਰਾਈਟ ਸੋ ਉੱਤਰ ਸਾਡੇ ਕੋਲ ਕੀ ਹੋਣਾ ਚਾਹੀਦਾ ਦੱਸੋ ਬੱਚੋ ਯੈਸ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਆ ਕਿ ਮੈਦੇ ਵਿੱਚ ਤੇਜ਼ਾਬ ਹੁੰਦਾ ਹੈ ਹਾਈਡਰੋਕਲੋਰਿਕ ਐਸਿਡ ਜਾਂ ਹਾਈਡਰੋਕਲੋਰਿਕ ਤੇਜ਼ਾਬ ਇੱਥੇ ਲਿਖਿਆ ਹੋਇਆ ਹੈ ਨੈਕਸਟ ਕੁਸ਼ਚਨ ਹੈ ਸਾਡੇ ਕੋਲ ਸੂਰਜ ਦੀ ਰੋਸ਼ਨੀ ਤੋਂ ਮਿਲਣ ਵਾਲੇ ਵਿਟਾਮਿਨ ਦਾ ਕੀ ਨਾਮ ਹੈ ਪਰ ਵਿੱਚੋਂ ਵਿਟਾਮਿਨ ਡੀ ਜਿਹੜਾ ਹੈ ਉਹ ਸਾਡੀ ਬੋਨਸ ਲਈ ਬਹੁਤ ਅਸੈਂਸ਼ੀਅਲ ਆ ਮਸਟ ਆ ਔਰ ਦੇਖੋ ਕਿ ਇਹ ਵਿਟਾਮਿਨ ਡੀ ਸਾਨੂੰ ਡਾਇਰੈਕਟ ਫੂਡ ਤੋਂ ਨਹੀਂ ਮਿਲਦਾ ਮਤਲਬ ਮਿਲਦਾ ਵੀ ਹੈ ਤਾਂ ਬਹੁਤ ਘੱਟ ਮਾਤਰਾ ਦੇ ਵਿੱਚ ਰਾਈਟ ਸੋ ਇਹ ਸਾਨੂੰ ਕਿੱਥੋਂ ਮਿਲਦਾ ਆ ਇਹ ਮਿਲਦਾ ਸਾਨੂੰ ਸਨਲਾਈਟ ਤੋਂ ਸਕਿਨ ਸਾਡੀ ਜਿਹੜੀ ਚਮੜੀ ਇਸਨੂੰ ਸਿੰਥੇਸਾਈਜ਼ ਕਰਦੀ ਹੈਗੀ ਆ ਓਕੇ ਸੋ ਅਸੀਂ ਇਹਦਾ ਉੱਤਰ ਲਿਖਾਂਗੇ ਵਿਟਾਮਿਨ ਡੀ ਜਿਹੜਾ ਹੈ ਉਹ ਸੂਰਜ ਦੀ ਰੋਸ਼ਨੀ ਤੋਂ ਮਿਲਦਾ ਹੈ ਸੋ ਆਂਸਰ ਹੋਏਗਾ ਆਪਸ਼ਨ ਨੰਬਰ 4th ਨੈਕਸਟ ਧਿਆਨ ਹੈਗੇ ਆ ਅਨੀਮੀਆ ਨਾਮ ਦਾ ਤਰੁਟੀ ਰੋਗ ਕਿਸ ਪੋਸ਼ਕ ਤੱਤ ਦੀ ਕਮੀ ਨਾਲ ਹੁੰਦਾ ਹੈ ਕਿਸ ਕਮੀ ਨਾਲ ਹੁੰਦਾ ਆ ਪਹਿਲੀ ਗੱਲ ਤਾਂ ਅਨੀਮੀਆ ਹੁੰਦਾ ਕੀ ਆ ਅਨੀਮੀਆ ਹੁੰਦਾ ਆ ਖੂਨ ਦੀ ਕਮੀ ਠੀਕ ਹੈ ਕਿ ਨੋਂ ਆਪਾਂ ਚੈੱਕ ਕਰ ਲਈਏ ਜੇ ਨੋਂ ਦੇ ਵਿੱਚ ਇੱਥੇ ਰੈਡਿਸ਼ਪਨ ਨਹੀਂ ਨਾ ਹੈਗਾ ਵਾਈਟ 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 ਆ ਤਾਂ ਇਟ ਮੀਨਸ ਜਾਂ ਅੱਖਾਂ ਦੇ ਆਪਾਂ ਇੱਥੇ ਚੈੱਕ ਕਰੀਏ ਇਹ ਵਾਈਟ ਵਾਈਟ ਆ ਤਾਂ ਇਸਦਾ ਮਤਲਬ ਕੀ ਹੈ ਕਿ ਖੂਨ ਦੀ ਕਮੀ ਹੈ ਅਨੀਮੀ ਕਿਹਾ ਬੱਚਾ ਰਾਈਟ ਸੋ ਇਹ ਕਿਹਦਾ ਕਾਰਨ ਕੀ ਹੈਗਾ ਆ
ਖੂਨ ਦੀ ਕਮੀ ਕਿੱਦਾਂ ਹੋ ਜਾਂਦੀ ਹੈਗੀ ਆ? ਕਿਸ ਪ੍ਰਸ਼ਨ ਇਹ ਹੈ ਕਿ ਵੀ ਕਿਸ ਪੋਸ਼ਕ ਤੱਤ ਦੇ ਕਮੀ ਕਰਕੇ ਹੁੰਦੀ ਹੈਗੀ ਆ? ਪਿਆਰੇ ਬੱਚਿਓ, ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਬਲੱਡ ਦੇ ਵਿੱਚ ਹੁੰਦਾ ਆ ਹੀਮੋਗਲੋਬਿਨ, ਰਾਈਟ? ਸੋ ਹੀਮੋਗਲੋਬਿਨ ਜੋ ਕਿ ਪ੍ਰੋਟੀਨ ਹੈ ਔਰ ਆਰ ਬੀ ਸੀ ਦੀ ਰਚਨਾ ਕਰਦਾ ਹੈ, ਰੈੱਡ ਬਲੱਡ ਸੈਲਸ ਦੀ ਰਚਨਾ ਕਰਦਾ ਆ, ਔਰ ਹੀਮੋਗਲੋਬਿਨ ਦੇ ਲਈ ਕੀ ਲੋੜੀਂਦਾ ਹੈ? ਲੋਹਾ, ਰਾਈਟ? ਸੋ ਇੱਥੇ ਆਂਸਰ ਹੋਏਗਾ ਲੋਹਾ। ਅਨੀਮੀਆ ਨਾਮ ਦਾ ਤਰੁਟੀ ਰੋਗ ਲੋਹੇ ਦੀ ਕਮੀ ਕਰਕੇ ਹੁੰਦਾ ਆ, ਓਕੇ? ਔਰ ਹੋਏਗਾ ਕਿ ਜਦੋਂ ਲੋਹੇ ਦੀ ਕਮੀ ਹੋਈ, ਆਰ ਬੀ ਸੀ ਜਾਂ ਤਾਂ ਬਣਨਗੇ ਘੱਟ ਜਾਂ ਛੋਟੇ ਸਾਈਜ਼ ਦੇ ਬਣਨਗੇ। ਜੇ ਛੋਟੇ ਸਾਈਜ਼ ਦੇ ਬਣਨਗੇ ਕਿਉਂਕਿ ਇਹਨਾਂ ਨੂੰ ਤਾਂ ਆਕਸੀਜਨ ਸਪਲਾਈ ਕਰਨੀ ਪੂਰੀ ਬੋਡੀ ਦੇ ਡਿਫਰੈਂਟ ਸੈਲਸ ਦੇ ਵਿੱਚ ਜਾ ਕੇ, ਰਾਈਟ? ਸੋ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਆਕਸੀਜਨ ਜਿਹੜੀ ਹੈਗੀ ਆ ਘੱਟ ਬਣੇਗੀ ਤਾਂ ਆਕਸੀਜਨ ਦੀ ਸਪਲਾਈ ਵੀ ਘੱਟ ਹੋਏਗੀ, ਰਾਈਟ? ਸੋ ਇਸ ਕਰਕੇ ਅਸੀਂ ਕਹਿ ਸਕਦੇ ਹੈਗੇ ਹਾਂ ਕਿ ਲੋਹਾ ਜੋ ਹੀਮੋਗਲੋਬਿਨ ਬਣਾਉਣ ਦੇ ਕੰਮ ਆਉਂਦਾ ਆ, ਇਹ ਬਹੁਤ ਜ਼ਰੂਰੀ ਹੈ ਪੋਸ਼ਕਤਾ ਦੇ ਤੌਰ 'ਤੇ। ਨੈਕਸਟ ਕੁਸ਼ਚਨ ਕਰਦੇ ਹਾਂ, ਸਵਾਦ ਦਾ ਪਤਾ ਮਨੁੱਖੀ ਸਰੀਰ ਦੇ ਕਿਸ ਅੰਗ ਰਾਹੀਂ ਲੱਗਦਾ ਹੈ? ਇਹ ਤਾਂ ਬੱਚੋ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜੋ ਸਵਾਦ ਹੈ ਇਸਦਾ ਪਤਾ ਜੀਭ ਰਾਹੀਂ ਪਤਾ ਲੱਗਦਾ ਹੈ, ਰਾਈਟ? ਕਿਹੜੀ ਚੀਜ਼ ਖੱਟੀ ਆ, ਮਿੱਠੀ ਆ, ਕੌੜੀ ਆ, ਨਮਕੀਨ ਆ, ਇਹ ਸਾਰੀਆਂ ਜੀਭ ਰਾਹੀਂ ਪਤਾ ਲੱਗਦੀਆਂ। ਔਰ ਜੀਭ ਦੇ ਵਿੱਚ ਉੱਪਰ ਕੀ ਹੁੰਦੇ ਨੇ? ਟੇਸਟ ਬਰਡਸ ਹੁੰਦੇ ਨੇ, ਟੇਸਟ ਬਰਡਸ, ਰਾਈਟ? ਸੋ ਉਹ ਅਲੱਗ ਅਲੱਗ ਜਿਹੜੇ ਹੈਗੇ ਆ ਪਲੇਸਿਸ ਦੇ ਉੱਪਰ ਪਲੇਸਡ ਹੁੰਦੇ ਹੈਗੇ, ਮਤਲਬ ਟੰਗ ਦੇ ਜਿਹੜੇ ਅਲੱਗ ਅਲੱਗ ਹਿੱਸਿਆਂ 'ਤੇ ਹੁੰਦੇ ਹੈਗੇ ਆ। ਉਹਨਾਂ ਨੇ ਦੱਸਣਾ ਹੈਗਾ ਆ ਕਿ ਕਿਹੜਾ ਕਿਹੜਾ ਜਿਹੜਾ ਹੈਗਾ ਆ ਭੋਜਨ ਪਦਾਰਥ ਮਿੱਠਾ ਆ, ਖੱਟਾ ਆ, ਨਮਕੀਨ ਆ, ਰਾਈਟ? ਉਸ ਤੋਂ ਬਾਅਦ ਕੀ ਹੈ, ਇਹਨੂੰ ਆਪਾਂ ਸੈਂਸਰੀ ਜਿਹੜਾ ਇਹ ਔਰਗਨ ਆ ਸਾਡਾ, ਠੀਕ ਹੈ, ਸੰਵੇਦੀ ਅੰਗ ਕਹਿ ਸਕਦੇ ਹਾਂ ਅਸੀਂ ਇਸਨੂੰ ਕਹਿੰਦੇ ਹਾਂ। ਔਰ ਇਹ ਜਿਹੜਾ ਆ ਇਹ ਸਾਨੂੰ ਦੱਸਦਾ ਆ ਸਵਾਦ ਬਾਰੇ, ਔਰ ਇਸ ਦਾ ਜਦੋਂ ਆਪਾਂ ਕੋਈ ਚੀਜ਼ ਟੇਸਟ ਕਰਦੇ ਨਾ ਤਾਂ ਇਹ ਸਿਗਨਲਸ ਭੇਜਦਾ ਆ ਬ੍ਰੇਨ ਨੂੰ, ਅਤੇ ਬ੍ਰੇਨ ਸਾਨੂੰ ਦੱਸਦਾ ਕਿ ਵੀ ਆਹ ਫਲਾਨੀ ਚੀਜ਼ ਜਿਹੜੀ ਹੈਗੀ ਆ ਇਹ ਸਵਾਦ ਦੇ ਵਿੱਚ ਮਿੱਠੀ ਹੈ। ਅੱਛਾ, ਇਹਨੂੰ ਇੱਕ ਹੋਰ ਵੀ ਨਾਲ ਸਪੋਰਟ ਕਰਦਾ ਆ, ਕੌਣ ਕਰਦਾ ਹੈ ਦੱਸੋ? ਯੈਸ, ਸਮੈਲ, ਖੁਸ਼ਬੂ, ਰਾਈਟ? ਸੋ ਖੁਸ਼ਬੂ ਸਾਨੂੰ ਪਤਾ ਲੱਗ ਜਾਂਦਾ ਵੀ ਆਹ ਤੜਕਾ ਲੱਗਾ ਹੈ ਜਾਂ ਕੋਈ ਮਿੱਠੀ 'ਚ ਚੀਜ਼ ਬਣ ਰਹੀ ਹੈਗੀ ਆ, ਓਕੇ? ਸੋ ਇੱਥੇ ਦਾ ਆਂਸਰ ਜਿਹੜਾ ਹੈਗਾ ਆਪਣੇ ਕੋਲ ਆਏਗਾ, ਸਵਾਦ ਦਾ ਪਤਾ ਮਨੁੱਖੀ ਸਰੀਰ ਦੇ ਕਿਸ ਅੰਗ ਰਾਹੀਂ ਲੱਗਦਾ ਹੈ? ਜੀਵ ਰਾਹੀਂ, ਦੇਖਣਾ ਬੱਚਿਓ, ਜੀਵ ਰਾਹੀਂ, ਠੀਕ ਹੈ। ਸੋ ਨੈਕਸਟ ਕੁਸ਼ਚਨ ਬੱਚਿਓ ਸਾਡੇ ਕੋਲ ਹੈ ਕਿ ਕੁਸ਼ਚਨ ਨੰਬਰ 6, ਗਲੂਕੋਜ਼ ਕਿਸ ਕਿਸਮ ਦਾ ਪੋਸ਼ਕ ਤੱਤ ਹੈ? ਜੋ ਗਲੂਕੋਜ਼ ਹੈ ਇਹ ਕਿਸ ਕਿਸਮ ਦਾ ਪੋਸ਼ਕ ਤੱਤ ਹੈ? ਗਲੂਕੋਜ਼ ਫਿਰ ਬੱਚਿਓ ਇਹ ਕਾਰਬੋਹਾਈਡਰੇਟ ਦਾ ਇੱਕ ਰੂਪ ਹੈਗਾ ਆ, ਔਰ ਇੰਸਟੈਂਟ ਐਨਰਜੀ ਪ੍ਰਦਾਨ ਕਰਦਾ ਆ, ਠੀਕ ਹੈ, ਇੱਕਦਮ ਊਰਜਾ ਪ੍ਰਦਾਨ ਕਰਦਾ ਆ ਗਲੂਕੋਜ਼। ਸੋ ਇਹ ਕਿਸ ਕਿਸਮ ਦਾ ਪੋਸ਼ਕ ਤੱਤ ਹੈ? ਇਹ ਕਾਰਬੋਹਾਈਡਰੇਟ। ਸੋ ਕਾਰਬੋਹਾਈਡਰੇਟ ਸਾਨੂੰ ਕਿੱਥੋਂ ਮਿਲਦੇ ਹੈਗੇ ਆ? ਸੋ ਕਾਰਬੋਹਾਈਡਰੇਟ ਸਾਨੂੰ ਮਿਲਦੇ ਹੈਗੇ ਆ ਅਨਾਜ ਤੋਂ, ਫਰੂਟਸ ਵੈਜੀਟੇਬਲਸ ਵਿੱਚ ਵੀ ਹੁੰਦੇ ਹੈਗੇ ਆ, ਰਾਈਟ? ਜਿੱਦਾਂ ਹੁਣ ਅਨਾਜ ਦੇ ਵਿੱਚ ਆਪਾਂ ਗੱਲ ਕਰੀਏ, ਜਿਵੇਂ ਕਿ ਕਣਕ ਹੋ ਗਈ, ਮੱਕੀ ਹੋ ਗਈ, ਚੌਲ ਹੋ ਗਏ, ਜਵਾਰ, ਬਾਜਰਾ, ਇਹ ਸਾਰਿਆਂ ਤੋਂ ਸਾਨੂੰ ਕਾਰਬੋਹਾਈਡਰੇਟ ਮਿਲਦੇ ਹਨ, ਰਾਈਟ? ਸੋ ਉੱਤਰ ਇੱਥੇ ਜਿਹੜਾ ਹੈ ਗਲੂਕੋਜ਼ ਕਿਸ ਕਿਸਮ ਦਾ ਪੋਸ਼ਕ ਤੱਤ ਹੈ? ਕਾਰਬੋਹਾਈਡਰੇਟਸ ਦਾ। ਭੋਜਨ ਦੇ ਪਾਚਣ ਦੀ ਕਿਰਿਆ ਮਨੁੱਖੀ ਸਰੀਰ ਦੇ ਕਿਸ ਅੰਗ ਵਿੱਚ ਸ਼ੁਰੂ ਹੁੰਦੀ ਹੈ? ਪਿਆਰ ਵਿੱਚੋਂ ਜਦੋਂ ਨਾ ਅਸੀਂ ਭੋਜਨ ਮੂੰਹ 'ਚ ਪਾ ਲਿਆ, ਠੀਕ ਹੈ, ਰਾਈਟ, ਉਹਨੂੰ ਗੈਲਪ ਕਰ ਲਿਆ, ਖਾ ਲਿਆ, ਉਹਨੂੰ ਪਾ ਲਿਆ ਮੂੰਹ ਦੇ ਵਿੱਚ, ਉਸ ਵਿੱਚ ਆਪਣਾ ਸ਼ੁਰੂ ਕਰ ਦਿੱਤਾ ਹੈਗਾ ਆ, ਤਾਂ ਇੱਕ ਨਾ ਸੈਲਾਈਵਾ ਲਾਰਜ ਜਿਹੜੀ ਹੈਗੀ ਆ ਉਸਨੂੰ ਘੋਲਦੀ ਹੈਗੀ ਆ, ਰਾਈਟ? ਤੋ ਸੈਲੀਵਾ ਉਹਦੇ ਉੱਪਰ ਕੰਮ ਕਰਦਾ ਹੈਗਾ ਆ,
ਉਹਨੂੰ ਮੁਲਾਇਮ ਕਰ ਦਿੰਦਾ ਹੈਗਾ ਆ, ਤਾਂ ਕਿ ਈਜ਼ੀਲੀ ਉਹ ਸਾਡੇ ਜਿਹੜੀ ਗੱਲ ਜਿਹੜੀ ਇਸ ਗਰਦਨ ਦੀ ਉਸ ਰਾਹੀਂ ਐਸੋਫੈਗਸ ਰਾਹੀਂ ਅੰਦਰ ਜਾ ਸਕੇ। ਰਾਈਟ, ਸੋ ਹੁਣ ਪ੍ਰਸ਼ਨ ਜਿਹੜਾ ਹੈਗਾ ਆ, ਹੁਣ ਪ੍ਰਸ਼ਨ ਵੱਲ ਅਸੀਂ ਆਉਂਦੇ ਹੈਗੇ ਹਾਂ ਕਿ ਕਿਸ ਅੰਗ ਵਿੱਚ ਸ਼ੁਰੂ ਹੁੰਦਾ ਆ। ਹੁਣ ਤੁਹਾਨੂੰ ਦੱਸ ਦਿੱਤਾ ਮੈਂ ਕਿ ਇਹ ਸ਼ੁਰੂ ਹੁੰਦਾ ਆ ਮੂੰਹ ਤੋਂ। ਰਾਈਟ, ਕਿ ਜਿੱਦਾਂ ਹੀ ਆਪਾਂ ਖਾਣਾ ਖਾਇਆ ਉਹਦੇ ਵਿੱਚ ਜਿਹੜਾ ਹੈਗਾ ਆ ਉਹ ਲਾਰ ਅਤੇ ਐਮਾਈਲਾਈਸ ਜਿਹੜੀ ਹੈਗੀ ਆ, ਰਾਈਟ, ਐਨਜ਼ਾਈਮ ਜਿਹੜਾ ਆ ਉਹ ਉਹਦੇ ਵਿੱਚ ਮਿਕਸ ਹੁੰਦਾ ਹੈ ਅਤੇ ਉੱਥੇ ਜਿਹੜੀ ਹੈਗੀ ਆ ਉਸਦੀ ਸ਼ੁਰੂਆਤ ਹੋ ਜਾਂਦੀ ਹੈ ਡਾਈਜੈਸਟ ਹੋਣ ਦੀ। ਰਾਈਟ, ਸੋ ਇੱਥੇ ਉੱਤਰ ਆਪਾਂ ਲਿਖਾਂਗੇ ਮੂੰਹ। ਕੁਸ਼ਚਨ ਨੰਬਰ 8, ਜਦੋਂ ਅਸੀਂ ਬਿਮਾਰ ਹੁੰਦੇ ਹਾਂ ਤਾਂ ਡਾਕਟਰ ਸਾਨੂੰ ਇੱਕਦਮ ਊਰਜਾ ਪ੍ਰਦਾਨ ਕਰਨ ਲਈ ਕਿਹੜਾ ਪਦਾਰਥ ਦਿੰਦਾ ਹੈ? ਅਸੀਂ ਕਈ ਵਾਰ ਸੁਣਦੇ ਹਾਂ ਵੀ ਹਾਂ ਇੰਨੀ ਵੀਕਨੈਸ ਹੈਗੀ, ਇੰਨੀ ਕਮਜ਼ੋਰੀ ਹੈਗੀ ਜੀ, ਗਲੂਕੋਜ਼ ਚੜਿਆ ਜੀ ਉਸਨੂੰ, ਬੋਤਲ ਜੀ ਟੰਗ ਦਿੰਦੇ ਨਾ, ਦੇਖਦੇ ਆਪਾਂ ਡਾਕਟਰ ਕੋਲ ਜਾਂਦੇ ਹੈਗੇ ਹਾਂ, ਟੰਗੀ ਹੁੰਦੀ ਆ ਨਾ, ਉਹਦੇ 'ਚ ਪਾਣੀ ਜਿਹਾ ਕੁਛ ਹੁੰਦਾ ਹੈਗਾ ਆ। ਸੋ ਇੱਦਾਂ ਕੀ ਹੈ, ਉਹਦੇ ਨਾਲ ਗਲੂਕੋਜ਼ ਜਿਹੜਾ ਹੈਗਾ ਆ, ਤਾਂ ਕਿ ਨਾ ਉਹਨੂੰ ਇੱਕਦਮ ਉਹਦੇ ਅੰਦਰ ਊਰਜਾ ਆ ਜਾਵੇ। ਸੋ ਉੱਤਰ ਇੱਥੇ ਲਿਖਾਂਗੇ ਗਲੂਕੋਜ਼। ਕੁਸ਼ਚਨ ਨੰਬਰ 9 ਦੀ ਗੱਲ ਕਰਦੇ ਹਾਂ ਕਿ ਸਰੀਰ ਨੂੰ ਊਰਜਾ ਦੇਣ ਵਾਲੇ ਪੋਸ਼ਕ ਤੱਤ ਦਾ ਨਾਮ ਕੀ ਹੈ? ਪਹਿਲ ਵਿੱਚ ਹੁਣੀ ਗੱਲ ਕਰਕੇ ਹਟੇ ਹਾਂ ਅਸੀਂ ਕਿ ਇੱਕਦਮ ਇੰਸਟੈਂਟ ਜਿਹੜਾ ਐਨਰਜੀ ਮਿਲਦੀ ਹੈਗੀ ਆ, ਇੱਕਦਮ ਊਰਜਾ ਮਿਲਦੀ ਹੈਗੀ ਆ, ਉਹ ਮਿਲਦੀ ਹੈਗੀ ਆ ਗਲੂਕੋਜ਼ 'ਤੇ। ਗਲੂਕੋਜ਼ ਕਿਹਦਾ ਰੂਪ ਹੈਗਾ? ਕਾਰਬੋਹਾਈਡਰੇਟਸ ਤੋਂ ਮਿਲਦਾ ਹੈਗਾ ਆ। ਸੋ ਇਸ ਕਰਕੇ ਅਸੀਂ ਉੱਤਰ ਲਿਖਾਂਗੇ ਕਾਰਬੋਹਾਈਡਰੇਟਸ। ਨਾਲ ਦੀ ਨਾਲ ਉਹਨੇ ਦੇਖੋ ਸੈਕਿੰਡ ਫਸਟ ਆਪਸ਼ਨ ਉਹਨੇ ਪਾਈ ਹੋਈ ਹੈ ਕਾਰਬੋਹਾਈਡਰੇਟ, ਅਤੇ ਸੈਕਿੰਡ ਆਪਸ਼ਨ ਪਾਈ ਹੋਈ ਹੈ ਚਰਬੀ, ਚਰਬੀ ਵੀ ਹੈ। ਹੁਣ ਚਰਬੀ ਕਿਵੇਂ ਹੈ? ਦੇਖੋ ਚਰਬੀ ਬੇਸਿਕਲੀ ਇੱਕ ਸਟੋਰਡ ਕਾਰਬੋਹਾਈਡਰੇਟ ਹੀ ਹੈ, ਠੀਕ ਹੈ, ਸਟੋਰ ਕੀਤੀ ਹੋਈ ਹੈ ਸਾਡੀ ਬਾਡੀ ਦੇ ਵਿੱਚ ਇਹ। ਰਾਈਟ, ਕਈ ਮੋਟਾਪਾ ਆ ਜਾਂਦਾ ਨਾ, ਠੀਕ ਹੈ, ਤਾਂ ਉਹਦੇ 'ਚ ਕੀ ਹੈਗਾ, ਉਹ ਚਰਬੀ ਜਿਹੜੀ ਹੈਗੀ ਸਟੋਰਡ ਹੁੰਦੀ ਹੈਗੀ ਹੈ। ਜੇ ਮੰਨ ਲਓ ਅਸੀਂ 7-8-10-15 ਦਿਨ ਖਾਣਾ ਨਹੀਂ ਵੀ ਖਾਧਾ ਹੈਗਾ ਹੈ, ਤਾਂ ਚਰਬੀ ਟੁੱਟਣ ਲੱਗ ਪੈਂਦੀ ਹੈਗੀ ਆ, ਉਹ ਫਿਰ ਕਵਰ ਸਾਨੂੰ ਜਿਹੜਾ ਹੈ ਊਰਜਾ ਪ੍ਰਦਾਨ ਕਰਦੀ ਹੈਗੀ ਆ ਅੱਗੇ ਜੀਵਨ ਵਾਸਤੇ। ਰਾਈਟ, ਸੋ ਇੱਥੇ ਆਨਸਰ ਆਏਗਾ ਦੋਵੇਂ, 1 ਅਤੇ 2। ਸੋ ਕੁਸ਼ਚਨ ਨੰਬਰ 10 ਵੱਲ ਵੱਧਦੇ ਹਾਂ। ਕੁਸ਼ਚਨ 10 ਇਹ ਹੈ ਕਿ ਸਾਡੇ ਸਰੀਰ ਦੇ ਨਵੇਂ ਸੈੱਲ ਬਣਾਉਣ ਲਈ ਅਤੇ ਉਹਨਾਂ ਦੇ ਟੁੱਟ ਭੱਜ ਨੂੰ ਕਿਹੜੇ ਪੋਸ਼ਕ ਤੱਤ ਨਾਲ ਠੀਕ ਕੀਤਾ ਜਾਂਦਾ ਹੈ? ਸੋ ਉਹ ਪੋਸ਼ਕ ਤੱਤ ਕਿਹੜਾ ਆ? ਉਹ ਹੈਗਾ ਪ੍ਰੋਟੀਨ। ਰਾਈਟ, ਸੋ ਪ੍ਰੋਟੀਨ ਉਹ ਅਮੀਨੋ ਐਸਿਡਸ ਦੇ ਬਣੇ ਹੁੰਦੇ ਹਨ। ਰਾਈਟ, ਅਤੇ ਅਮੀਨੋ ਐਸਿਡਸ ਨੂੰ ਅਸੀਂ ਬਿਲਡਿੰਗ ਬਲੋਕਸ ਵੀ ਕਹਿੰਦੇ ਹੈਗੇ ਹਾਂ। ਸੋ ਇੱਥੇ ਉੱਤਰ ਸਾਡੇ ਕੋਲ ਜੋ ਹੋਏਗਾ ਕਿ ਸਾਡੇ ਸਰੀਰ ਨਵੇਂ ਸੈੱਲ ਬਣਾਉਣ ਲਈ ਅਤੇ ਉਹਨਾਂ ਦੀ ਟੁੱਟ ਭੱਜ ਨੂੰ ਕਿਹੜੇ ਪੋਸ਼ਕ ਤੱਤ ਨਾਲ ਠੀਕ ਕੀਤਾ ਜਾਂਦਾ ਹੈ? ਉੱਤਰ ਹੋਏਗਾ ਪ੍ਰੋਟੀਨ। ਨੈਕਸਟ ਕੁਸ਼ਚਨ ਹੈ, ਇਹਨਾਂ ਵਿੱਚੋਂ ਕਿਹੜੇ ਪੋਸ਼ਕ ਤੱਤ ਨੂੰ ਸਾਡੇ ਸਰੀਰ ਦਾ ਸੁਰੱਖਿਆਤਮਕ ਭੋਜਨ ਕਿਹਾ ਜਾਂਦਾ ਹੈ? ਸੋ ਕਾਰਬੋਹਾਈਡਰੇਟ ਹੈ, ਚਰਬੀ ਦੱਸੀ ਹੋਈ ਹੈ, ਖਣਿਜ ਪਦਾਰਥ ਦੱਸੇ ਹਨ, ਉਸ ਤੋਂ ਬਾਅਦ 2, 1 ਅਤੇ 3। ਅਤੇ ਪਿਆਰੇ ਬੱਚਿਓ, ਜੋ ਸੁਰੱਖਿਆਤਮਕ ਭੋਜਨ ਦੇ ਤੌਰ 'ਤੇ ਵਿਟਾਮਿਨਸ ਦੀ ਆਪਾਂ ਗੱਲ ਕਰ ਲੈਂਦੇ ਹਾਂ, ਵਿਟਾਮਿਨਸ ਹੋਏ ਅਤੇ ਨਾਲ ਦੀ ਨਾਲ ਜੋ ਮਿਨਰਲਸ ਹੈਗੇ ਉਹ ਸਾਡੇ ਕੋਲ ਇੱਥੇ ਦਿੱਤਾ ਹੋਇਆ ਖਣਿਜ ਪਦਾਰਥ, ਮਤਲਬ ਮਿਨਰਲਸ, ਇੰਗਲਿਸ਼ ਵਿੱਚ ਉਹਨੂੰ ਮਿਨਰਲਸ ਕਹਿੰਦੇ ਹੈਗੇ ਆ। ਸੋ ਉੱਤਰ ਇੱਥੇ ਹੈਗਾ ਖਣਿਜ ਪਦਾਰਥ। ਕੁਸ਼ਚਨ ਨੰਬਰ 12 ਵੱਲ ਵੱਧਦੇ ਹਾਂ ਕਿ ਸਾਡੇ ਅਧਿਆਪਕ ਨੇ ਸਾਨੂੰ ਦੱਸਿਆ ਕਿ ਉਹ ਭੋਜਨ ਜਿਸ ਵਿੱਚ ਸਾਰੇ ਪੌਸ਼ਟਿਕ ਤੱਤ ਸਹੀ ਮਾਤਰਾ ਵਿੱਚ ਹੁੰਦੇ ਹਨ, ਉਸ ਭੋਜਨ ਨੂੰ ਕੀ ਕਹਿੰਦੇ ਹਨ? ਉਸਨੂੰ ਬੈਲੈਂਸਡ ਡਾਇਟ ਕਹਿੰਦੇ ਇੰਗਲਿਸ਼ ਦੇ ਵਿੱਚ, ਪੰਜਾਬੀ 'ਚ ਕਹਿੰਦੇ ਸੰਤੁਲਿਤ ਭੋਜਨ। ਠੀਕ ਹੈ ਜੀ, ਆਪਾਂ ਦੇਖਦੇ ਨਾ ਕਿ ਥਾਲੀ ਸਜੀ ਹੁੰਦੀ ਹੈ, ਉਹਦੇ 'ਚ ਅਲੱਗ ਅਲੱਗ ਜਿਹੜੀਆਂ ਹੈਗੀਆਂ ਡਿਸ਼ਿਜ਼ ਹੁੰਦੀਆਂ ਹੈਗੀਆਂ ਆ, ਮਿੱਠਾ, ਖੱਟਾ, ਨਮਕੀਨ, ਸਭ ਕੁਝ ਹੁੰਦਾ ਹੈਗਾ ਆ। ਰਾਈਟ, ਹਰੀ ਸਬਜ਼ੀ, ਦਾਲ ਵਗੈਰਾ ਸਭ ਕੁਝ, ਰਾਈਟ, ਇੱਦਾਂ ਦਾ ਜਿਹਦੇ ਨਾਲ ਕਿ ਸਾਰੇ ਪੋਸ਼ਕ ਤੱਤ ਸਾਨੂੰ ਮਿਲ ਜਾਣ, ਅਤੇ ਉਸਨੂੰ ਅਸੀਂ ਕਹਿੰਦੇ ਹਾਂ ਕਿ ਸੰਤੁਲਿਤ ਭੋਜਨ। ਰਾਈਟ, ਸੋ ਇੱਥੇ ਆਨਸਰ ਆ ਗਿਆ ਸੰਤੁਲਿਤ ਭੋਜਨ। ਹੱਡੀਆਂ ਦਾ ਨਰਮ ਹੋਣ ਨੂੰ ਕਿਹੜਾ ਰੋਗ ਕਹਿੰਦੇ ਹਨ? ਕਿ ਹੱਡੀਆਂ ਜਦੋਂ ਨਰਮ ਹੁੰਦੀਆਂ ਹਨ
ਉਸ ਨੂੰ ਅਸੀਂ ਕਿਹੜੇ ਰੋਗ ਕਹਿੰਦੇ ਹਾਂ। ਸੋ ਪਿਆਰੇ ਬੱਚਿਓ, ਹੱਡੀਆਂ ਦਾ ਨਰਮ ਹੋਣ ਦਾ ਕਾਰਨ ਹੁੰਦਾ ਹੈ ਕਿ ਵਿਟਾਮਿਨ ਡੀ ਦੀ ਕਮੀ ਆ ਜਾਣਾ। ਜਦੋਂ ਵਿਟਾਮਿਨ ਡੀ ਦੀ ਕਮੀ ਹੁੰਦੀ ਹੈਗੀ ਹੈ ਤਾਂ ਹੱਡੀਆਂ ਨਰਮ ਹੋ ਜਾਂਦੀਆਂ ਹੈ। ਔਰ ਜੇ ਅਸੀਂ ਬੱਚਿਆਂ ਦੀ ਗੱਲ ਕਰੀਏ ਤਾਂ ਬੱਚਿਆਂ ਦੇ ਵਿੱਚ ਹੱਡੀਆਂ ਦਾ ਨਰਮ ਹੋਣਾ ਜਾਂ ਟੇਢੀ ਮੇਢੀ ਹੋ ਜਾਣਾ, ਉਸਨੂੰ ਰਿਕਟਸ ਕਿਹਾ ਜਾਂਦਾ। ਰਿਕਟਸ, ਪਰ ਇੱਥੇ ਸਾਡੇ ਕੋਲ ਰਿਕਟਸ ਨਾਮ ਦੀ ਕੋਈ ਵੀ ਰੋਗ ਨਹੀਂ ਦੱਸਿਆ ਗਿਆ ਹੈਗਾ। ਇੱਥੇ ਹੈਗਾ ਆ ਸਾਡੇ ਕੋਲ ਫਸਟ ਜੋ ਹੈ ਓਸਟੋਮਲੇਸ਼ੀਆ, ਸਕਰਵੀ, ਅੰਦਰਾਤਾ ਅਤੇ ਬੇਰੀਬੇਰੀ। ਸੋ ਓਸਟੀ ਮਲੇਸ਼ੀਆ ਜਿਹੜਾ ਹੈਗਾ ਆ ਇਹ ਆ ਸਾਡੇ ਕੋਲ ਉੱਤਰ ਸਹੀ ਹੋਏਗਾ। ਯਾਨੀ ਐਡਲਟਸ ਦੇ ਵਿੱਚ ਜਿਹੜਾ ਵਿਟਾਮਿਨ ਡੀ ਕਮੀ ਕਰਕੇ ਸਾਡੀ ਜਿਹੜੀਆਂ ਹੱਡੀਆਂ ਹੈਗੀਆਂ ਆ ਉਹ ਬੈਂਡ ਹੋਣ ਲੱਗ ਪੈਂਦੀਆਂ, ਟੇਢੀਆਂ ਮੇਢੀਆਂ ਵੀ ਹੋ ਜਾਂਦੀਆਂ ਆ। ਜਿਵੇਂ ਤੁਸੀਂ ਦੇਖਿਆ ਹੋਣਾ ਕਿ ਜਿੱਦਾਂ ਜਿੱਦਾਂ ਅਸੀਂ ਬਜ਼ੁਰਗ ਹੁੰਦੇ ਜਾਂਦੇ ਹੈਗੇ ਹਾਂ, ਸਾਡੀ ਲੱਤਾਂ ਜਿਹੜੀਆਂ ਹੈਗੀਆਂ ਉਹ ਇਸ ਤਰੀਕੇ ਦੇ ਨਾਲ ਜਿਹੜੀਆਂ ਬਾਹਰ ਨੂੰ ਹੋਣ ਲੱਗ ਪੈਂਦੀਆਂ ਹੈਗੀਆਂ। ਸੋ ਦਿਸ ਇਜ਼ ਆਲ ਡਿਊ ਟੂ ਦਾ ਲੈਕ ਆਫ ਵਿਟਾਮਿਨ ਡੀ, ਡੈਫੀਸ਼ੀਐਂਸੀ ਆਫ ਵਿਟਾਮਿਨ ਡੀ। ਓਕੇ, ਸੋ ਨੈਕਸਟ ਕੁਸ਼ਚਨ ਅਸੀਂ ਗੱਲ ਕਰਦੇ ਹਾਂ, ਉਸ ਵਿਟਾਮਿਨ ਦਾ ਕੀ ਨਾਮ ਹੈ ਜਿਸ ਦੀ ਕਮੀ ਨਾਲ ਚਮੜੀ ਦੇ ਐਲਰਜੀ ਸੰਬੰਧੀ ਰੋਗ ਹੋ ਸਕਦੇ ਹਨ। ਚਮੜੀ ਦੇ ਐਲਰਜੀ ਸੰਬੰਧੀ ਰੋਗ ਕਿਸ ਵਿਟਾਮਿਨ ਦੀ ਕਮੀ ਕਰਕੇ। ਸੋ ਸਾਡੇ ਕੋਲ ਜੋ ਆਪਸ਼ਨ ਦਿੱਤੀਆਂ ਹੋਈਆਂ ਹਨ, ਵਿਟਾਮਿਨ ਏ, ਇਹ ਤਾਂ ਹੈਲਦੀ ਸਕਿਨ ਵਾਸਤੇ ਕਿ ਆਪਾਂ ਸਕਿਨ ਨੂੰ ਹੈਲਦੀ ਰੱਖਣਾ ਚਾਹੁੰਦੇ ਹੈਗੇ ਹਾਂ। ਸੋ ਵਿਟਾਮਿਨ ਏ ਹੋ ਗਿਆ, ਉਸ ਤੋਂ ਬਾਅਦ ਵਿਟਾਮਿਨ ਈ ਹੈ, ਫਿਰ ਵਿਟਾਮਿਨ ਸੀ ਹੈ, ਵਿਟਾਮਿਨ ਡੀ ਹੈ, ਵਿਟਾਮਿਨ ਜਿਹੜਾ ਸੀ ਹੈ ਰਿਪੇਅਰ ਵਾਸਤੇ ਹੋ ਗਿਆ, ਵਿਟਾਮਿਨ ਡੀ ਜਿਹੜੀ ਇਮਿਊਨਿਟੀ ਵਾਸਤੇ ਵੀ ਹੋ ਗਿਆ। ਸਾਡੇ ਕੋਲ ਜਿਹੜੀ ਵਿਟਾਮਿਨ ਈ ਹੈ, ਦਿਸ ਇਜ਼ ਦਾ ਰਾਈਟ ਆਪਸ਼ਨ। ਸੋ ਵਿਟਾਮਿਨ ਈ ਜਿਹੜੀ ਹੈਗੀ ਹੈ ਇਸ ਨੂੰ ਆਪਾਂ ਟਿਕ ਕਰਾਂਗੇ, ਕਿਉਂਕਿ ਇਹਦੇ ਨਾਲ ਜਿਹੜੇ ਸਕਿਨ ਸੈਲਸ ਹੈਗੇ ਆ ਉਹ ਬਣਦੇ ਹੈਗੇ ਆ, ਵਧੀਆ ਹੈਲਦੀ ਸੈਲਸ ਰਹਿੰਦੇ ਹੈਗੇ ਵਿਟਾਮਿਨ ਈ ਨਾਲ ਸਕਿਨ ਸੈਲਸ। ਨੈਕਸਟ ਕੁਸ਼ਚਨ ਹੈ, ਵੱਧ ਲਹੂ ਦਬਾਓ ਲਈ ਕਿਹੜਾ ਖਣਿਜ ਜ਼ਿੰਮੇਵਾਰ ਹੁੰਦਾ ਹੈ? ਹਾਈ ਬਲੱਡ ਪ੍ਰੈਸ਼ਰ ਕਿਹੜਾ ਜਿਹੜਾ ਹੈ ਖਣਿਜ ਜ਼ਿੰਮੇਵਾਰ ਹੈ ਹਾਈ ਬਲੱਡ ਪ੍ਰੈਸ਼ਰ ਲਈ? ਸੋ ਸਾਡੇ ਕੋਲ ਉੱਤਰ ਹੈ, ਜੋ ਸਾਡੇ ਕੋਲ ਆਪਸ਼ਨਸ ਨੇ। ਸੋ ਪਿਆਰੇ ਬੱਚਿਓ, ਕੁਸ਼ਚਨ ਨੂੰ ਚੰਗੀ ਤਰੀਕੇ ਨਾਲ ਸਮਝ ਲਈਏ ਕਿ ਵੱਧ ਦਬਾਓ, ਲਹੂ ਦਬਾਓ, ਦਬਾਓ ਮਤਲਬ ਕੀ ਹੈਗਾ ਹੈ? ਜਦੋਂ ਪ੍ਰੈਸ਼ਰ ਜਿਹੜਾ ਹੈਗਾ ਹੈ ਬਲੱਡ ਦਾ ਵਧੇਗਾ, ਕਿਹਦੇ ਵਿੱਚ ਵਧੇਗਾ? ਉਸ ਟਿਊਬਸ ਦੇ ਵਿੱਚ, ਠੀਕ ਹੈ ਜੀ, ਉਸ ਟਿਊਬਸ ਦੇ ਵਿੱਚ ਜਿਹ 'ਚੋਂ ਉਹ ਲੰਘ ਰਿਹਾ ਹੈਗਾ ਆ, ਰਾਈਟ, ਆਰਟਰੀਜ਼ ਅਤੇ ਵੀਨਸ ਦੇ ਵਿੱਚ। ਤਾਂ ਉਹ ਜੋ ਪ੍ਰੈਸ਼ਰ ਹੈਗਾ ਉਹ ਕਿਉਂ ਵਧਿਆ, ਉਹਦਾ ਕਾਰਨ ਕੀ ਹੈਗਾ ਆ? ਕਾਰਨ ਇਹ ਹੈ ਕਿ ਜਦੋਂ ਅਸੀਂ ਨਮਕ ਜ਼ਿਆਦਾ ਖਾਂਦੇ ਹਾਂ ਨਾ, ਤਾਂ ਉਹ ਬੋਡੀ 'ਚੋਂ ਜ਼ਿਆਦਾ ਜ਼ਿਆਦਾ ਜਿਹੜਾ ਹੈਗਾ ਆ ਪਾਣੀ ਨੂੰ ਸਮੇਟ ਲੈਂਦਾ ਆ, ਆਪਣੇ ਕੋਲ ਰੱਖ ਲੈਂਦਾ ਆ, ਰਿਟੇਨ ਕਰਦਾ ਆ ਵਾਟਰ ਨੂੰ। ਜ਼ਿਆਦਾ ਰਿਟੇਨ ਹੋਣ ਕਰਕੇ ਕੀ ਹੁੰਦਾ ਆ ਕਿ ਜੋ ਬਲੱਡ ਵੋਲੀਊਮ ਆ ਉਹ ਵੱਧ ਜਾਂਦਾ ਆ, ਬਲੱਡ ਦਾ ਆਇਤਨ ਵੱਧ ਜਾਂਦਾ ਆ। ਟਿਊਬਸ ਵਿਚਾਰੀ ਉਹੀ ਨੇ, ਰਾਈਟ, ਤਾਂ ਇਸ ਕਰਕੇ ਜਿਹੜਾ ਹੈਗਾ ਆ ਉਹਨਾਂ ਉਸ ਵਧੇ ਹੋਏ ਆਇਤਨ ਕਰਕੇ ਨਾ ਉਹ ਜਿਹੜੀ ਬਲੱਡ ਦੀਆਂ ਟਿਊਬਸ ਨੇ ਉਹਦੇ ਉੱਪਰ ਪ੍ਰੈਸ਼ਰ ਪੈਂਦਾ, ਜਿਹਨੂੰ ਆਪਾਂ ਕਹਿੰਦੇ ਬਲੱਡ ਪ੍ਰੈਸ਼ਰ। ਸੋ ਇੱਥੇ ਉੱਤਰ ਕੀ ਹੋਣਾ ਚਾਹੀਦਾ ਸਾਡੇ ਕੋਲ? ਉੱਤਰ ਹੋਣਾ ਚਾਹੀਦਾ ਆ, ਮੈਂ ਲੂਣ ਦੀ ਗੱਲ ਕੀਤੀ ਨਾ, ਲੂਣ ਦਾ ਸੂਤਰ ਕੀ ਹੈ? ਐਨ ਏ ਸੀ ਐਲ, ਸੋਡੀਅਮ ਕਲੋਰਾਈਡ। ਇੱਥੇ ਹੈਗਾ ਸੋਡੀਅਮ ਕਿਤੇ? ਯੈਸ, ਆਪਸ਼ਨ ਨੰਬਰ 2 ਇਜ਼ ਦਾ ਰਾਈਟ ਆਪਸ਼ਨ, ਸੋਡੀਅਮ। ਸੋ ਮੇਰੇ ਬੱਚਿਓ, ਇਸ ਦੇ ਨਾਲ ਹੀ ਅੱਜ ਦੀ ਇਹ ਵਰਕਸ਼ੀਟ ਨੰਬਰ 4 ਸਾਡੀ ਕੰਪਲੀਟ ਹੋ ਗਈ ਹੈ। ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ। ਜੇ ਚੰਗੀ ਲੱਗੀ ਹੈਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ, ਸਾਡੀ ਹੌਸਲਾ ਅਫਜ਼ਾਈ ਕਰ ਦਿਓ, ਤਾਂ ਕਿ ਜੋ ਸ਼ੀਟ ਨੰਬਰ 5 ਹੈ ਉਸ ਤੋਂ ਵੀ ਵਧੀਆ ਤਰੀਕੇ ਨਾਲ ਲੈ ਕੇ ਆਈਏ। ਔਰ ਨਾਲ ਦੀ ਨਾਲ ਤਿਆਰੀ ਜ਼ਰੂਰ ਰੱਖਿਓ ਬੇਟਾ ਜੀ, ਔਰ ਜੋ ਤੁਸੀਂ ਆਪਣੇ ਆਪ ਦੇ ਨਾਲ ਫਾਇਦਾ ਕੀਤਾ ਹੈ ਕਿ ਪੰਜਾਬ ਜਿਹੜਾ ਹੈ ਟੌਪ 'ਤੇ ਹੈ, ਟੌਪ 'ਤੇ ਰਹੇਗਾ, ਇਸ ਨੂੰ ਮੇਨਟੇਨ ਰੱਖਣਾ ਹੈ। ਵਿਸ਼ ਆਲ ਦਾ ਵੈਰੀ ਬੈਸਟ, ਸੀ ਯੂ।